ਇਹਨੇ 4 ਪੈਸੇ ਇਕੱਠੇ ਹੋਗੇ ਤਾਂ ਸਭ ਤੋਂ ਪਹਿਲਾਂ ਤੂੰ ਬੋਡੀ ਲਵਾਈ। ਮੈਂ ਕਿਹਾ ਆ ਬੋਡੀ ਨਹੀਂ ਉਹ ਟਰੱਕ ਦੀ ਬੋਡੀ ਲਵਾ ਲਵਾਂ। ਬੋਡੀ ਹੈ ਹੀ ਬਹੁਤ ਜ਼ਿਆਦਾ ਹੈ। ਜਦੋਂ ਡੋਲੇ ਫਲਾਉਨੇ ਆ ਤਾਂ ਕੋਈ ਡਰਤਾ ਨਹੀਂ ਜਾਂਦਾ। ਨਹੀਂ ਡੋਲੇ ਕੱਢਦਾ ਨਹੀਂ ਮੈਂ ਬਾਹਰ ਨੂੰ ਹੀ। ਮਤਲਬ ਆਪਣੇ ਆਪਣੇ ਬੰਦੇ ਦਾ ਬਾਹਰ ਕੱਢਦਾ ਬਾਕੀ ਕੋਈ ਬਾਹਰ ਲੈ ਮਿਲੇ ਉਹਨਾਂ ਸਾਹਮਣੇ ਮੈਂ ਡੋਲੇ ਕੱਢਦਾ ਨਹੀਂ ਆਪਣੇ ਹੀ। ਅੱਛਾ ਡਾਕਟਰ ਸਾਹਿਬ ਘਰ 'ਚ ਕਿਹਦਾ ਰਾਜ ਆ? ਘਰ 'ਚ ਜੀ ਮੇਰਾ ਤਾਂ ਰਾਜ ਹੈ ਨਹੀਂ ਤੁਹਾਨੂੰ ਐਵੇਂ ਕਹਾ। ਅੱਛਾ ਫਿਰ ਜੇ ਕੋਈ ਕੇਮ ਦਾ ਕੋਸ਼ੇ ਤੇ ਉਹਨੂੰ ਦਵਾਈ ਨਹੀਂ ਦਿੰਦੇ। ਨਹੀਂ ਦਵਾਈ ਵੀ ਦੇਣੇ ਪੈ ਜਾਂਦੀ ਟੀਕੇ ਵੀ ਲਾਣੇ ਪੈ ਜਾਂਦੇ ਕਈ ਵੇਲੇ ਜੀ। ਕਾਲ ਮੰਮੀ ਵਾਲੀ ਜਿਹੜੇ ਫੇਰਾਂ ਨੂੰ ਉਹ ਚੋਰੀ ਚੱਕ ਚੱਕ ਉਹ ਲਾਈ ਹੈ ਜੀ ਮੰਮੀ ਨੂੰ ਜਦੋਂ ਮੁੱਕ ਜਾਂਦੀ ਸੀ ਇਹ ਤੇ ਮੰਮੀ ਨੂੰ ਪਤਾ ਨਹੀਂ ਲੱਗਦਾ ਸੀ ਕੌਣ ਲਾਂਦਾ ਨਹੀਂ ਮੰਮੀ ਨੂੰ ਪਤਾ ਸੀ ਮੇਰਾ ਮੁੰਡਾ ਹੀ ਲਾਂਦਾ ਮੰਮੀ ਹੋ ਲੈ ਆ ਕੇ ਰੱਖ ਦਿੰਦੀ ਮੰਮੀ ਨੂੰ ਹੁੰਦਾ ਕਿ ਮੇਰਾ ਮੁੰਡਾ ਗੋਰਾ ਹੋ ਜਾਵੇ ਜੀ ਫਰਕ ਪਿਆ ਵੀ ਫੇਰਾਂ ਲਵਲੀ ਨਾਲ ਬਿਲਕੁਲ ਨਹੀਂ ਫਰਕ ਪਿਆ ਮੈਂ ਸਕੇਤ ਕਰਨਾ ਚਾਹੁੰਦਾ ਫੇਰਾਂ ਲਵਲੀ ਵਾਲਿਆਂ ਨੂੰ ਕਿ ਕੋਈ ਨਹੀਂ ਫਰਕ ਪਿਆ ਨਾਮ ਡਾਕਟਰ ਤੇ ਸਿਰ ਤੇ ਹੈਟ ਮੈਚ ਨਹੀਂ ਕਰਦਾ ਮੈਚ ਤਾਂ ਕੁਝ ਵੀ ਨਹੀਂ ਕਰਦਾ ਮੇਰਾ ਜੀ ਨਹੀਂ ਲੋਕੀ ਕਹਿੰਦੇ ਡਾਕਟਰ ਪਰ ਲੱਗਦਾ ਮਰੀਜ਼ ਐ ਇਦਾਂ ਵੀ ਹੋ ਜਾਂਦੀ ਹੈ ਕਈ ਵੇਲੇ ਪਰ ਜਦੋਂ ਤੁਸੀਂ ਵੀਡੀਓ ਬਣਾਉਂਦੇ ਤੁਹਾਨੂੰ ਨਹੀਂ ਬੁਰਾ ਲੱਗਦਾ ਨਹੀਂ ਇੱਕ ਹੁੰਦਾ ਜੀ ਬੰਦੇ ਜਿਹੜੇ ਬਿਸ਼ਰਮ ਆ ਆਪਾਂ ਉਹਨਾਂ ਚੋਂ ਆਨੇ ਆ ਜੀ ਇੱਕ ਡਿਗਰੀਆਂ ਵਾਲਾ ਡਾਕਟਰ ਹੁੰਦਾ ਹੈ ਨਾ ਇੱਕ ਜਿਹਨੇ ਪੀ ਐਚ ਡੀ ਕੀਤੀ ਉਹਦੇ ਨਾਲ ਅੱਗੇ ਡਾਕਟਰ ਲੱਗ ਜਾਂਦਾ ਹੁਣ ਰੀਅਲ ਸਟਾਰਸ ਦੇ ਅੱਗੇ ਵੀ ਡਾਕਟਰ ਲੱਗਣਾ ਸ਼ੁਰੂ ਹੋ ਜਾਊਗਾ ਅਸੀਂ ਅਕਸਰ ਇਹ ਸੋਚਦੇ ਹਾਂ ਕਿ ਜਿਹੜਾ ਬੰਦਾ ਜ਼ਿਆਦਾ ਖੁਸ਼ ਰਹਿੰਦਾ ਨਾ ਉਹੀ ਮੋਟਾ ਰਹਿੰਦਾ ਆ ਪਰ ਮੈਂ ਮੈਂ ਸਟ੍ਰੈਸ ਲੈਂਦੀ ਮੈਂ ਮੋਟੀ ਆ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪਤਲੇ ਕਿੱਧਰ ਹੈਗੇ ਮੇਰੇ ਨਾਲ 2-4 ਐਕਸੀਡੈਂਟ ਹੋਏ ਤਾ ਕਰਕੇ ਮੈਂ ਪਤਲਾ ਹਾਂ ਬਹੁਤ ਜ਼ਿਆਦਾ ਪਤਲਾ ਹਾਂ ਮੇਰੀ ਬਾਹ ਵੀ ਟੁੱਟੀ ਹੋਈ ਮੇਰੀ ਲੱਤ ਵੀ ਟੁੱਟੀ ਹੋਈ ਇਸ ਕਰਕੇ ਫਿਰ ਮੈਂ ਪਤਲਾ ਰਹਿ ਗਿਆ ਜੀ ਕੋਈ ਅੰਗ ਰਹਿ ਗਿਆ ਜਿਹੜੇ ਨਹੀਂ ਟੁੱਟਿਆ ਨਹੀਂ ਸੱਚਾ ਹੋਆ ਵੀ ਟੁੱਟ ਕੇ ਪਿਛਲੇ 2 ਮਹੀਨੇ ਪਹਿਲੇ ਐਕਸੀਡੈਂਟ ਹੋ ਗਿਆ ਸੀਗਾ ਮੇਰਾ ਜੀ ਅੱਛਾ ਡਾਕਟਰ ਸਾਹਿਬ ਹੈਟ ਲਾ ਕੇ ਰੱਖਦੇ ਨੇ ਇਹਦੇ ਪਿੱਛੇ ਕਾਰਨ ਕੀ ਆ ਤੇ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀਗੀ ਤੇ ਲੋਕ ਕਮੈਂਟ ਵੀ ਕਰਦੇ ਸੀਗੇ ਸੋਹਣੀ ਲੱਗਦੀ ਟੋਪੀ ਤੇਰੇ ਮਤਲਬ ਬਹੁਤ ਨਾਈਸ ਨਾਈਸ ਕਮੈਂਟ ਕਰਦੇ ਸੀਗੇ ਤੇ ਫਿਰ ਮਉਦੀ ਟੋਪੀ ਰੱਖ ਲਈ ਮੈਨੂੰ ਦਿੱਤੀ ਨੀ ਮੁੜ ਕੇ ਟੋਪੀ ਮੇਰੇ ਦੋ ਗਾਣੇ ਤਿਆਰ ਹੋਏ ਭਈ ਇੱਕ ਗਾਤਾ ਮਤਲਬ ਬੇਸੁਰਾ ਹੀ ਲੈਣਾ ਪੜਾ ਚੱਲ ਜਾਂਦਾ ਜੋ ਵੀ ਹੈਗਾ ਜੀ ਇੱਕ ਤਾਂ ਮੇਰੇ ਟੋਪੀਆਂ ਤੇ ਗਾਣਾ ਆ ਰਿਹਾ ਕਿ ਮੇਰੇ ਕਾਲੇ ਰੰਗ ਤੇ ਆ ਰਿਹਾ ਗਾਣਾ ਹਾਂਜੀ ਤੇ ਉਹ ਕਾਲੇ ਰੰਗ ਤੇ ਗਾਣਾ ਇਦਾਂ ਸੀਗਾ ਕਹਿੰਦਾ ਜਦੋਂ ਮਿੱਟੀ ਨਾਲ ਖੇਡਦੇ ਸੀ ਛੋਟੇ ਹੁੰਦੇ ਉਦੋਂ ਪੈਂਦੀਆਂ ਸੀ ਗਾਲਾਂ ਬੇਬੇ ਆਖਦੀ ਹੁੰਦੀ ਸੀ ਪੁੱਤਾ ਹੁਣ ਤਾਂ ਤੂੰ ਨਾਲਾ ਤਿੰਨਾਂ ਕੁੜੀਆਂ ਦੇ ਵਿੱਚੋਂ ਸੋਹਣੀ ਲੱਗਦੀ ਸੀ ਗਬਲੀ ਕਹਿੰਦੀ ਫੇਸ ਯੂਤੇ ਲਾਇਆ ਕਰ ਫਰਨੈਂਡ ਲਵਲੀ ਤੁਹਾਨੂੰ ਲੱਗਦਾ ਪਾਗਲ ਪਰ ਬੰਦੇ ਨੀਵਾ ਸਿੱਖਦਾ ਦੇਖਣੇ ਨੂੰ ਛੋਟਾ ਛੋਟਾ ਭੀਮ ਨੀਵਾ ਦੇਖਦਾ ਦਵਾਈ ਤੋਂ ਕਰੀਮ ਲੈ ਕੇ ਆਇਆ ਮੇਰਾ ਤਾਇਆ ਫੇਸ ਕਰਦਾ 글로 ਫੇਸ਼ੀਅਲ ਸੀ ਕਰਾਇਆ ਜੇ ਆਇਆ ਨਹੀਂ ਪਸੰਦ ਡਿਸਲਾਈਕ ਮੈਨੂੰ ਕਰਦੀ ਅੱਜਕੱਲ ਕੋਈ ਕੁੜੀ ਕਾਲੇ ਰੰਗ ਤੇ ਨਹੀਂ ਮਰਦੀ ਸਤ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਡਿਗਰੀਆਂ ਵਾਲੇ ਡਾਕਟਰ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਜਿਸ ਡਾਕਟਰ ਦੇ ਨਾਲ ਮਿਲਵਾਨ ਜਾ ਰਹੇ ਹਾਂ ਉਹਦੇ ਕੋਲ ਐਕਸਪੀਰੀਅੰਸ ਹੈ ਐਕਸਪੀਰੀਅੰਸ ਕਾ ਦਾ ਲੋਕਾਂ ਨੂੰ ਹਸਾਣ ਦਾ ਲੋਕਾਂ ਦੇ ਦਿਲਾਂ ਤੇ ਡਾਕੇ ਮਾਰਨ ਦਾ ਸਾਡੇ ਨਾਲ ਡਾਕਟਰ ਪ੍ਰਭ ਮੌਜੂਦਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਭ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ so much ਤੁਹਾਡਾ ਕਿ ਮੈਨੂੰ ਇਨਾ ਪਿਆਰ ਦੇਣ ਵਾਸਤੇ ਕਿ ਸਾਡਾ ਸਾਡਾ ਜੀ ਇੰਟਰਵਿਊ ਲੈਣ ਵਾਸਤੇ ਤੇ ਬਸ ਇਹ ਤੁਹਾਨੂੰ ਕਹਿਣਾ ਸੀਗਾ ਬਹੁਤ ਬਹੁਤ ਧੰਨਵਾਦ ਸਾਡਾ ਸਭ ਤੋਂ ਪਹਿਲਾਂ ਹੀ ਅੱਛਾ ਡਾਕਟਰ ਡਿਗਰੀਆਂ ਵਾਲੇ ਹੁੰਦੇ ਆ ਇਹ ਡਾਕਟਰ ਪਹਿਲਾਂ ਇਦਾਂ ਦਾ ਡਾਕਟਰ ਹੈ ਜੋ ਲੋਕਾਂ ਦਾ ਹਸਾ ਹਸਾ ਕੇ ਇਲਾਜ ਕਰਦਾ ਹੈ ਤੇ ਉਹਨਾਂ ਦੇ ਦਿਲਾਂ ਤੇ ਡਾਕੇ ਮਾਰ ਕੇ ਜਿੱਤ ਲੈਂਦਾ ਹੈ ਤੇ ਡਾਕਟਰ ਨਾਮ ਕਿਉਂ ਰੱਖਿਆ ਇਹ ਦੱਸੋ ਤੇ ਡਾਕੇ ਮਾਰਨੇ ਕਿਉਂ ਸ਼ੁਰੂ ਕੀਤੇ ਡਾਕਟਰ ਨਾਂ ਤਾਂ ਮੇਰਾ ਇਦਾਂ ਕਿਉਂਕਿ ਜਦੋਂ ਮੈਂ ਪਲੱਸ 1 ਪਲੱਸ 2 ਦੇ ਵਿੱਚ ਪੜ੍ਹਦਾ ਸੀਗਾ ਤੇ ਕਰ ਬੇਲਾ ਕਰਕੇ ਘਰ ਦੇ ਮੈਨੂੰ ਮੈਡੀਕਲ ਸਟੋਰ ਤੇ ਲਾਤਾ ਸੀਗਾ ਕਿ ਤੂੰ ਮੈਡੀਕਲ ਸਟੋਰ ਦਾ ਕੰਮ ਸਿੱਖ ਲੈ ਨਾ ਤੇ ਮੈਡੀਕਲ ਸਟੋਰ ਤੇ ਨਾਲ ਕੰਮ ਕਰਦੇ ਕਰਦੇ ਜੇ ਕੋਈ ਪੁੱਛਦਾ ਸੀਗਾ ਵੀ ਮੈਡੀਕਲ ਸਟੋਰ ਤੇ ਕੰਮ ਕਰਦਾ ਮੈਂ ਕਿ ਹਾਂਜੀ ਤੇ ਇਹ ਕਹਿੰਦੇ ਡਾਕਟਰ ਬਣੂੰਗਾ ਮੈਂ ਕਿ ਹਾਂਜੀ ਤੇ ਇਸ ਕਰਕੇ ਕਹਿੰਦੇ ਕਹਿੰਦੇ ਮੈਨੂੰ ਡਾਕਟਰ ਡਾਕਟਰ ਕਰਕੇ ਸਾਰੇ ਪਿਆਰ ਨਾਲ ਡਾਕਟਰ ਡਾਕਟਰ ਕਹਿਣ ਲੱਪੇ ਸੀਗੇ ਇਸ ਕਰਕੇ ਮੈਂ ਆਪਣੀ ਆਈਡੀ ਦਾ ਨਾਂ ਵੀ ਡਾਕਟਰ ਰੱਖ ਲਿਆ ਸੀਗਾ ਹਾਂਜੀ ਹਾਂਜੀ ਅੱਛਾ ਦਿੱਲੀ ਦੇ ਮੰਨਾ ਸੀਗੀ ਉਹ ਤਾਂ ਡਾਕਟਰ ਬਣਨ ਦੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਸੀਗੀ ਪਤਾ ਹੀ ਨਹੀਂ ਸੀਗਾ ਕਿ ਆਪਾਂ ਕਿਹੜੇ ਪਾਸੇ ਕਿੱਧਰ ਨੂੰ ਜਾਣਾ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕਿ ਮੈਡੀਕ ਸਟੋਰ ਬਾਰੇ ਕੀ ਕਿੱਦਾਂ ਹਨਾ ਉਹ ਬਸ ਇੱਦੇ ਘਰ ਦੇ ਲਵਾਤਾ ਸੀਗਾ ਉਹਨੇ ਮੈਡੀਕ ਸਟੋਰ ਤੇ ਤਾਂ ਕਰਕੇ ਬਸ ਮਤਲਬ ਜੇ ਲੋ ਇੱਛਾ ਕੋਈ ਵੀ ਨਹੀਂ ਸੀਗੀ ਡਾਕਟਰ ਬਣਨ ਦੀ ਅੱਛਾ ਇੱਕ ਡਿਗਰੀਆਂ ਵਾਲਾ ਡਾਕਟਰ ਹੁੰਦਾ ਹੈ ਨਾ ਇੱਕ ਜਿਹਨੇ ਪੀ ਐਚ ਡੀ ਕੀਤੀ ਉਹਦੇ ਨਾਲ ਅੱਗੇ ਡਾਕਟਰ ਲੱਗ ਜਾਂਦਾ ਹੁਣ ਰੀਅਲ ਸਟਾਰਸ ਦੇ ਅੱਗੇ ਵੀ ਡਾਕਟਰ ਲੱਗਣਾ ਸ਼ੁਰੂ ਹੋ ਜਾਊਗਾ ਹਾਂਜੀ ਹਾਂਜੀ ਨਹੀਂ ਕਈ ਬਿਲਕੁਲ ਬਿਲਕੁਲ ਜੀ ਮਤਲਬ ਕਈ ਕਹਿੰਦੇ ਆ ਕਿ ਮਤਲਬ ਕੋਈ ਪੁੱਛਦਾ ਕਿ ਡਾਕਟਰ ਮੈਂ ਨਾ ਕਿਤੇ ਬਾਹਰ ਚਲ ਜਾਮਾ ਹਨਾ ਕਿ ਪੁੱਛਦਾ ਡਾਕਟਰ ਅੱਛਾ ਤੂੰ ਪੜ੍ਹਾਈ ਕੀਤੀ ਡਾਕਟਰੀ ਦੀ ਮੈਂ ਕਿ ਨਹੀਂ ਜੀ ਮੈਂ ਵੀਡੀਓ ਬਣਾਉਣਾ ਠੀਕ ਹੈ ਫਨੀ ਵੀਡੀਓ ਬਣਾਉਣਾ ਲੋਕਾਂ ਨੂੰ ਹਸਾਉਣਾ ਤਾਂ ਕਰਕੇ ਮੈਨੂੰ ਡਾਕਟਰ ਕਹਿੰਦੇ ਆ ਤਾਂ ਕਰਕੇ ਤੇ ਅ ਬਚਪਨ ਤੋਂ ਸੁਭਾਅ ਇਦਾਂ ਦਾ ਸੀਗਾ ਸਭ ਨੂੰ ਹਸਾਉਣਾ ਘਰ 'ਚ ਵੀ ਇਦਾਂ ਨਹੀਂ ਉਹ ਹਾਂ ਜੀ ਹਾਂ ਜੀ ਹਾਂ ਜੀ ਸਾਰਿਆਂ ਨੂੰ ਮਤਲਬ ਸ਼ੁਰੂ ਤੋਂ ਇਦਾਂ ਹੈ ਕਿ ਜਿੱਦਾਂ ਮੋਹਰੇ ਬੰਦਾ ਆਪਾਂ ਨੂੰ ਵਧੀਆ ਮਿਲ ਜਵੇ ਆਪਾਂ ਉਹਨਾਂ ਨਾਲ ਮਤਲਬ ਹਾਸਾ ਮਜ਼ਾਕ ਕਰੀਦਾ ਮਤਲਬ ਹਰੇਕ ਨਾਲ ਵੀ ਨਹੀਂ ਖੋਲਦੇ ਤੇ ਜ ਮਤਲਬ ਜਿਹੜਾ ਵੀ ਆਂਦਾ ਤੁਸੀਂ ਲਹਿਰਾਂ ਲਾ ਦਿੰਨੇ ਹੋ ਫਿਰ ਹੈਨਾ ਹਾਂਜੀ ਆਂਦੀ ਆਂਦੀ ਹਾਂਜੀ ਜਿਹੜਾ ਮਤਲਬ ਆਪਾਂ ਨੂੰ ਵਧੀਆ ਬੰਦਾ ਮੋਹਰੇ ਵਧੀਆ ਰਿਸਪੌਂਸ ਦਆ ਪਿਆ ਨਾ ਉਹਨਾਂ ਮਤਲਬ ਕਹਿੰਦਾ ਮਤਲਬ ਵਧੀਆ ਘੋਲ ਮਿਲ ਜਾਈਦਾ ਅੱਛਾ ਚਲੋ ਥੋੜਾ ਜਿਹਾ ਪਰਸਨਲ ਹੋ ਕੇ ਕਮੈਂਟ ਕਰੂੰਗੀ ਸਭ ਨੂੰ ਹਸਾਣੇ ਹੋ ਹੈਨਾ ਅਸੀਂ ਅਕਸਰ ਇਹ ਸੋਚਦੇ ਆ ਕਿ ਜਿਹੜਾ ਬੰਦਾ ਜ਼ਿਆਦਾ ਖੁਸ਼ ਰਹਿੰਦਾ ਨਾ ਉਹੀ ਮੋਟਾ ਰਹਿੰਦਾ ਆ ਪਰ ਮੈਂ ਮੈਂ ਸਟ੍ਰੈਸ ਲੈਂਦੀ ਮੈਂ ਮੋਟੀ ਆ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪਤਲੇ ਕਿਦਾਰੇਗੇ ਨਹੀਂ ਨਹੀਂ ਸਾਰਿਆਂ ਦਾ ਇਦਾਂ ਹੀ ਕਹਿਣਾ ਪਰ ਮੈਂ ਮੈਂ ਹੱਸਦਾ ਵੀ ਜ਼ਿਆਦਾ ਹੈ ਚਲੋ ਕੋਈ ਗੱਲ ਨਹੀਂ ਮੈਨੂੰ ਵੀ ਦੁੱਖ ਹੈਗੇ ਆ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਇਦਾਂ ਦੀ ਗੱਲ ਵੀ ਨਹੀਂ ਹੈਗੀ ਕਿ ਮੈਂ ਵੀ ਹੱਸਦਾ ਰਹਿੰਦਾ 24 ਘੰਟੇ ਪਰ ਮੇਰੇ ਨਾਲ ਦੋ ਚਾਰ ਐਕਸੀਡੈਂਟ ਹੋਇਓ ਤਾਂ ਕਰਕੇ ਮੈਂ ਪਤਲਾ ਹੈ ਬਹੁਤ ਜ਼ਿਆਦਾ ਪਤਲਾ ਹੈ ਮੇਰੀ ਬਾਹ ਵੀ ਟੁੱਟੀ ਹੋਈ ਮੇਰੀ ਲੱਤ ਵੀ ਟੁੱਟੀ ਹੋਈ ਇਸ ਕਰਕੇ ਫਿਰ ਮੈਂ ਪਤਲਾ ਰਹਿ ਗਿਆ ਜੀ ਕੋਈ ਅੰਗ ਰਹਿ ਗਿਆ ਜਿਹੜੇ ਨਹੀਂ ਟੁੱਟਿਆ ਨਹੀਂ ਸੱਚਾ ਹੋਆ ਵੀ ਟੁੱਟ ਕੇ ਪਿਛਲੇ 2 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਮੇਰਾ ਜੀ ਦੱਸਿਆ ਸੀ ਮਦਰ ਨੇ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਕੀ ਹੋਇਆ ਸੀਗਾ ਮਤਲਬ ਆਪਾਂ ਨਾ ਨਕੋਦਨ ਨੂੰ ਜਾਂਦੇ ਪਏ ਸੀਗੇ ਤੇ ਰਸਤੇ ਦੇ ਵਿੱਚ ਮੀਂਹ ਬਹੁਤ ਪੈਂਦਾ ਸੀ ਸਵੇਰ ਦਾ 8 ਵਜੇ ਦਾ ਟਾਈਮ ਸੀਗਾ ਤੇ ਨਕੋਦਨ ਨੂੰ ਜਾਂਦੇ ਜਾਂਦੇ ਰਸਤੇ ਦੇ ਵਿੱਚ ਬਹੁਤ ਜਿਆਦਾ ਚਿੱਕਰ ਸੀਗਾ ਤੇ ਚਿੱਕਰ ਦੇ ਵਿੱਚ ਥੋੜੀ ਜਿਹੀ ਆਪਣੀ ਗੱਡੀ ਤੇਜ਼ ਸੀਗੀ ਗੱਡੀ ਸਲਿੱਪ ਕਰਕੇ ਦੋ ਵਾਰੀ ਘੁੰਮ ਕੇ ਅੰਦਰ ਰਸਤੇ ਵਿੱਚ ਵੱਜੀ ਤਾਂ ਕਰਕੇ ਉਹ ਬਹੁਤ ਜਿਆਦਾ ਬਚਾਅ ਹੋ ਗਿਆ ਬਸ ਥੋੜੀ ਜਿਹੀ ਸੱਟ ਲੱਗੀ ਸੀਗੀ ਥੋੜੀ ਜਿਹੀ ਸੱਟ ਲੱਗੀ ਫਿਰ ਕਿੰਨਾ ਟਾਈਮ ਰਿਹਾ ਠੀਕ ਹੁਣ ਤੇ ਕਿੰਨਾ ਟਾਈਮ ਲੱਗਾ ਠੀਕ ਹੁਣ ਤਾਂ ਡਾਕਟਰ ਨੇ ਮੈਨੂੰ ਘੱਟੋ ਘੱਟ ਡੇਢ ਤੋਂ 2 ਮਹੀਨੇ ਕਿਹਾ ਸੀਗਾ ਪਰ ਮੈਂ 15-20 ਦਿਨਾਂ ਬਾਅ ਤਾਂ ਕਰਕੇ ਉਹਦਾ ਥੋੜਾ ਜਿਹਾ ਨੁਕਸਾਨ ਹੈਗਾ ਮੇਰੇ ਹਲੇ ਵੀ ਮਤਲਬ ਹੱਡੀ ਸਿੱਧੀ ਨਹੀਂ ਹੋਈ ਥੋੜੀ ਜੀ ਮਤਲਬ 빙ਗੀ ਹੋਈ ਹੈ ਹੱਡੀ ਲੱਗੀ ਹੈ ਤੁਹਾਨੂੰ ਉਹਨਾਂ ਟਾਈਮ ਕਰਨਾ ਚਾਹੀਦਾ ਸੀ ਨਾ ਪ੍ਰੇਜ ਜਿੰਨਾ ਚਾਹ ਡਾਕਟਰ ਨੇ ਕਿਹਾ ਹੁਣ ਸਹੀ ਹੋ ਜਾਊਗੀ ਨਹੀਂ ਹੁਣ ਤਾਂ ਸਹੀ ਹੋ ਜਾਊਗੀ ਦੁਆਰ ਤੀ ਫੇਰ ਸਹੀ ਕਰਾਂ ਮਾਂ ਕਿਉਂਕਿ ਫੇਰ ਵੀ ਡੇਢ ਮਹੀਨਾ ਲੱਗੂਗਾ ਜੇ ਹੁਣ ਸਹੀ ਹੋਊਗੀ ਅੱਛਾ ਗੰਭੀਰ ਗੱਲਾਂ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਗੱਲਾਂ ਕਰਦੇ ਆ ਕਿ ਇੰਸਟਾਗ੍ਰam ਤੇ ਡਾਕਟਰ ਲਿਖਿਆ ਹੈ ਤੇ ਕਦੀ ਕੋਈ ਇੰਸਟਾਗ੍ਰam ਦੇ ਥਰੂ ਤੁਹਾਡੇ ਕੋਲ ਇਲਾਜ ਕਰਉਣ ਲਈ ਆਇਆ ਹੋਵੇ ਨਹੀਂ 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 ਇਦਾਂ ਨਹੀਂ ਇਲਾਜ ਕਰਨ ਵਾਸਤੇ ਨਹੀਂ ਵੀਡੀਓ ਬੜੀ ਬਣਾਉਣ ਵਾਸਤੇ ਬਹੁਤ ਜਣੇ ਆਉਂਦੇ ਆ ਇਲਾਜ ਕਰਨ ਵਾਸਤੇ ਨਹੀਂ ਕੋਈ ਆਇਆ ਵੈਸੇ ਇਦਾਂ ਮੈਨੂੰ ਮੈ ਉਹ ਮੈਸੇਜ ਆਉਂਦੇ ਆ ਕਿ ਅਸੀਂ ਬਹੁਤ ਸੈਡ ਰਹਿੰਦੇ ਸੀਗੇ ਤੇ ਤੁਹਾਡੀ ਵੀਡੀਓ ਦੇਖ ਕੇ ਹੁਣ ਖੁਸ਼ ਰਹਿੰਦੇ ਆ ਸਾਡੀ ਸਾਰੀ ਫੈਮਿਲੀ ਵੀਡੀਓ ਦੇਖਦੀ ਆ ਪੇ ਇੱਕ ਮੁੰਡੇ ਦਾ ਮੈਨੂੰ ਮੈਸੇਜ ਆਇਆ ਸੀਗਾ ਕਿ ਮੇਰੇ ਪਾਪਾ ਦੀ ਡੈਥ ਹੋ ਗਈ ਸੀਗੀ ਤੇ ਮੈਂ 2 ਮਹੀਨਿਆਂ ਤੋਂ ਮਤਲਬ ਬਹੁਤ ਜ਼ਿਆਦਾ ਸੈਡ ਸੀਗਾ ਤੇ ਮੈਂ ਤੁਹਾਡੀ ਵੀਡੀਓ ਦੇਖ ਕੇ ਮੈਂ ਖੁਸ਼ ਰਹਿਣ ਲੱਪਿਆ ਤਾਂ ਅੱਛਾ ਜਿੱਦਾਂ ਦੇ ਤੁਸੀਂ ਆ ਗੱਲ ਦੱਸਿਆ ਇਦਾਂ ਦੀ ਸੇਮ ਕਪਿਲ ਸ਼ਰਮਾ ਨੂੰ ਵੀ ਕਮੈਂਟਸ ਆਉਂਦੇ ਨੇ ਕਿ ਉਹਨੇ ਬਹੁਤ ਸਾਰੇ ਲੋਕਾਂ ਦਾ ਸਟ्रेस ਦੂਰਿਆ ਆਪਣੇ ਆਪ ਨੂੰ ਮੰਨਦੇ ਹੋ ਕਿਤੇ ਨਾ ਕਿਤੇ ਕਿ ਮੈਂ ਵੀ ਪੰਜਾਬ ਦਾ ਕਪਿਲ ਇੱਕ ਹੋਰ ਹੋ ਗਿਆ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਮਤਲਬ ਜਿਹੜਾ ਪੰਜਾਬ ਦਾ ਹਰੇਕ ਮੀਡੀਆ ਹਰੇਕ ਨੂੰ ਆਉਂਦੇ ਮੈਨੂੰ ਕੱਲੇ ਨੂੰ ਨਹੀਂ ਆਉਂਦੇ ਮਤਲਬ ਜਿਹੜਾ ਵੀ ਨਵਾਂ ਉੱਠਿਆ ਹਰੇਕ ਨੂੰ ਆਉਂਦੇ ਕਿ ਜਿਹੜਾ ਬੰਦਾ ਕਿਸੇ ਨੂੰ ਹਸਾ ਦਵੇ ਨਾ ਉਹਦੇ ਬਾਅਦ ਹਰੇਕ ਕੋਈ ਡਾਕਟਰ ਹੀ ਹੁੰਦਾ ਜੀ ਹਰੇਕ ਨੂੰ ਕਮੈਂਟ ਆਉਂਦੇ ਮੈਨੂੰ ਕੱਲੇ ਨੂੰ ਨਹੀਂ ਆਉਂਦੇ ਜੀ ਕਮੇਡੀਅਨ ਸਾਰਿਆਂ ਦੇ ਵਿੱਚ ਹੁੰਦਾ ਹੈ ਹਨਾ ਟੈਲੈਂਟ ਲੋਕਾਂ ਨੂੰ ਦਾ ਕੁਝ ਐਕਟ ਕਰਕੇ ਵੀ ਕਰ ਸਕਦੇ ਬਟ ਤੁਹਾਡੇ ਨੇ ਐਕਸਪ੍ਰੈਸ਼ਨ ਬੜੇ ਬਾਖਮਾਲ ਹੁੰਦੇ ਆ ਉਹ ਕਿਵੇਂ ਲਿਆਨੇ ਹੋ ਉਹ ਇਦਾਂ ਨਹੀਂ ਮਤਲਬ ਜੋ ਵੀਡੀਓ ਚੱਲਦੀ ਆ ਜੋ ਮੌਕੇ ਤੇ ਹੋ ਗਿਆ ਉਹ ਨਾ ਪਹਿਲਾਂ ਸੋਚਿਆ ਹੁੰਦਾ ਕਿ ਇਦਾਂ ਕਰਨਾ ਕਿ ਨਹੀਂ ਮਤਲਬ ਸੁਣਿਆ ਹੁੰਦਾ ਜੋ ਕਰਨਾ ਨਾ ਉਸ ਆਪਣਾ ਜੋ ਮੌਕੇ ਤੇ ਹੋ ਗਿਆ ਬਸ ਉਹ ਹੀ ਕਰਨਾ ਜੀ ਅੱਛਾ ਫਿਰ ਕਰੇ ਥੋੜਾ ਜਿਹਾ ਨਟੰਕੀਵਾਸ਼ ਤਾਂ ਹੋਉਂਗੇ ਜ਼ਰੂਰ 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 ਹੈਗਾ ਹੀ ਹੈ ਜੀ ਬਹੁਤ ਬਹੁਤ ਜ਼ਿਆਦਾ ਹੈ ਜੀ ਐਕਸਪ੍ਰੈਸ਼ਨ ਹੁਣ ਇਹ ਦੇਖ ਕੇ ਮੈਨੂੰ ਇਹ ਹਿਸਾਬ ਲੱਗਿਆ ਆ ਕੀ ਫੋਚ ਲਿਆ ਹਾਂਜੀ ਹਾਂਜੀ ਬਸ ਕਦੇ ਮਾੜਾ ਮੋਟਾ ਕੋਈ ਚੀਜ਼ ਲੈਣ ਵਾਸਤੇ ਮਾੜਾ ਮੋਟਾ ਰੋਣੇ ਵਾਲਾ ਮੂੰਹ ਬਣਾ ਲੀਦਾ ਨਾ ਕੁਝ ਵੀ ਕਰ ਲੀਦਾ ਮਤਲਬ ਕੁਝ ਕਰਨੇ ਵਾਸਤੇ ਐਕਟਿੰਗ ਜਾਂ ਬਾਬੇ ਨੇ ਉਹ ਗੁਣ ਦਿੱਤਾ ਵਾ ਮਾੜਾ ਮੋਟਾ ਕਿਤੇ ਵਾਸੇ ਗਲਤ ਵਾਸੇ ਵੀ ਇੰਤਜ਼ਾਰ ਇਸਤੇਮਾਲ ਕਰ ਲੀਦਾ ਇਹਦਾ ਜੀ ਅੱਛਾ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਗਾਣਾ ਲਾਇਆ ਸੀ ਤੂੰ ਫੋਨ ਕਰੀ ਮੇਰਾ ਮੈਨੇਜਰ ਚੱਕੂਗਾ ਹੈ ਤੇ ਦੂਜਾ ਰਿਪਲਾਈ ਕਰਦਾ ਤੇਰੇ ਹੱਥ ਟੁੱਟੇ ਆ ਫਿਰ ਮੈਨੇਜਰ ਨੀ ਮੈਨੇਜਰ ਮੈਨੇਜਰ ਦੀ ਲੋੜ ਨਹੀਂ ਹਲੇ ਆਪਾਂ ਨੂੰ ਹੀ ਵੈਸੇ ਹੀ ਮਤਲਬ ਵੀਡੀਓ ਬਣਾਈ ਸੀ ਕਿ ਕਰੀ ਫੋਨ ਮੇਰਾ ਮੈਨੇਜਰ ਚੱਕੂਗਾ ਤੇ ਉਹ ਸਾਹਮਣੇ ਉਹ ਮੈਨੇਜਰ ਕਹਦਾ ਤੇਰੇ ਹੱਥ ਟੁੱਟਿਓ ਤੇ ਬਸ ਕਮੇਟੀ ਤੌਰ ਤੇ ਵੀਡੀਓ ਬਣਾਈ ਸੀ ਵਾਲੇ ਮੈਨੇਜਰ ਰੱਖਾਂਗੇ ਨਹੀਂ ਹਲੇ ਰੱਖਾਂਗੇ ਰੱਖੂਗੇ ਥੋੜੇ ਟਾਈਮ ਤੱਕ ਰੱਖਾਂਗੇ ਹਲੇ ਲੋੜ ਨਹੀਂ ਹੈਗੀ ਮੈਨੇਜਰ ਦੀ ਇੱਕ ਚੀਜ਼ ਹੁੰਦੀ ਦੂਜਿਆਂ ਨੂੰ ਹਸਾਣਾ ਇੱਕ ਹੁੰਦਾ ਆਪਣਾ ਮਜ਼ਾਕ ਉਡਾ ਕੇ ਦੂਜਿਆਂ ਨੂੰ ਹਸਾਣਾ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਤੁਸੀਂ ਕਿੰਨੇ ਵੀ ਮੈਂ ਪਤਲਾ ਆਇਆ ਹੈ ਹਨਾ ਮੱਛਰ ਵੀ ਸੋਚਦਾ ਹੈ ਕਿ ਖੂਨ ਦੇ ਕੇ ਜਾਵਾਂ ਕਿ ਲੈ ਕੇ ਜਾਵਾਂ ਹੈਨਾ ਤੇ ਕਈ ਵਾਰੀ ਰੰਗ ਤੇ ਬਣਾ ਲੀਆਂ ਹੈਨਾ ਤੇ ਉਹ ਕਦੀ ਫੇਰ ਨਹੀਂ ਕੀਤਾ ਇਹੀ ਸੋਚਦੇ ਹੋ ਹਮੇਸ਼ਾ ਕਿ ਦੂਜਿਆਂ ਨੂੰ ਹਸਾਣਾ ਦੂਜਿਆਂ ਦੇ ਚਿਹਰੇ ਤੇ ਮੁਸਕਾਨ ਆਉਣੀ ਚਾਹੀਦੀ ਬਿਲਕੁਲ ਜੀ ਮੇਨ ਗੱਲ ਹੈਗੀ ਆਪਣੀ ਸਭ ਤੋਂ ਵੱਡੀ ਆਪਣੀ ਆਪਣੀ ਆਪਣੇ ਆਪ ਦੀ ਬੇਇੱਜ਼ਤੀ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਲੋਕਾਂ ਨੂੰ ਹਸਾਣਾ ਹਨਾ ਤੇ ਆਪਾਂ ਕੋ ਨੂੰ ਆਪਣੇ ਵਿੱਚ ਪੈਦਾ ਕੀਤਾ ਪਹਿਲਾ ਹੁੰਦਾ ਸੀਗਾ ਕਿ ਕਿਸੇ ਦੀ ਬੇਇੱਜ਼ਤੀ ਕਰਕੇ ਵੀਡੀਓ ਬਣਾਈ ਹਨਾ ਤੇ ਕਈ ਬਣਾਉਂਦੇ ਵੀ ਕਿਸੇ ਦੀ ਬੇਇੱਜ਼ਤੀ ਕਰਕੇ ਪਰ ਉਹ ਮਤਲਬ ਉਹ ਚ ਮਜ਼ਾ ਹੀ ਆਈ ਜਾਂਦਾ ਵੀਡੀਓ ਬਣਾਉਂਦਾ ਜੋ ਆਪਣੀ ਬੇਇੱਜ਼ਤੀ ਕਰੀ ਲੋਕ ਸਾਡੇ ਤੇ ਹੱਸੇ ਕਮੈਂਟ ਕਰੋ ਤਾਂ ਵਧੀਆ ਲੱਗਦਾ ਕਿ ਹਾਂ ਚੱਲ ਠੀਕ ਆ ਆਪਾਂ ਕਿਸੇ ਨੂੰ ਤਾਂ ਨਹੀਂ ਮਾੜਾ ਕਹਿੰਦੇ ਅ अच्छा ਜਦੋਂ ਆਪਾਂ ਕਿਸੇ ਦੀ ਵੇਸਤੀ ਕਰਦੇ ਉਹਨੂੰ ਬੁਰਾ ਲੱਗਦਾ ਹੈ ਨਾ ਸਾਡੀ ਵੀ ਜਦੋਂ ਹੁੰਦੀ ਹੈ ਉਹਨੂੰ ਬੁਰਾ ਲੱਗਦਾ ਪਰ ਜਦੋਂ ਤੁਸੀਂ ਵੀਡੀਓ ਬਣਾਉਂਦੇ ਤਾਂ ਉਹਨੂੰ ਨਹੀਂ ਬੁਰਾ ਲੱਗਦਾ ਨਹੀਂ ਇੱਕ ਹੁੰਦਾ ਜੀ ਬੰਦੇ ਜਿਹੜੇ ਬਿਸ਼ਰਮ ਆ ਆਪਾਂ ਉਹਨਾਂ ਚੋਂ ਆਨੇ ਆ ਜੀ ਨਹੀਂ ਬੁਰਾ ਬਿਲਕੁਲ ਵੀ ਨਹੀਂ ਲੱਗਦਾ ਕਿਉਂਕਿ ਇੱਕ ਬੰਦੇ ਦਾ ਨਾ ਕਹਿਣ ਦਾ ਤਰੀਕਾ ਹੁੰਦਾ ਕਈ ਬੰਦੇ ਕਹਿ ਦਿੰਦੇ ਆ ਉਹ ਦਿਲ ਤੇ ਲੱਗ ਜਾਂਦੀ ਗੱਲ ਕਈ ਮਤਲਬ ਮਿੱਠਾ ਜਾ ਕਹਿੰਦੇ ਆ ਉਹ ਪਤਾ ਹੀ ਮਜ਼ਾਕ ਕਰਦੇ ਆ ਨਾ ਜਿਹੜਾ ਬੰਦਾ ਮਤਲਬ ਗੱਲ ਲਾ ਕੇ ਕਰਦਾ ਉਹਦਾ ਪਤਾ ਲੱਗ ਜਾਂਦਾ ਕੀ ਬੰਦਾ ਹੈ ਕਿਸ ਤਰੀਕੇ ਨਾਲ ਬੋਲਦਾ ਤਾਂ ਕਰਕੇ ਆਪਾਂ ਜਿਹੜਾ ਗੁੱਸਾ ਕਰਨਾ ਉਹਦਾ ਅੱਛਾ ਗੱਲ ਕਰਦੇ ਸੀਗੇ ਤੁਹਾਡੇ ਮਦਰ ਨਾਲ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਬਹੁਤ ساری ਗੱਲਾਂ ਸੁਣਨ ਨੂੰ ਮਿਲੀਆਂ ਤੇ ਇੱਕ ਗੱਲ ਮੈਨੂੰ ਬੜੀ ਅਚੰਭੇ ਵਾਲੀ ਲੱਗੀ ਕਿ ਜਦੋਂ 1 ਲੱਖ ਫੋਲੋਅਰ ਹੁੰਦੇ ਨੇ ਫੇਰ ਘਰਦਿਆਂ ਦੀ ਸਪੋਰਟ ਮਿਲਦੀ ਆ ਉਹ ਤੋਂ ਪਹਿਲਾਂ ਨਹੀਂ ਬਿਲਕੁਲ ਬਿਲਕੁਲ ਜੀ ਪਹਿਲਾ ਕਰਦਿਆਂ ਨੂੰ ਪਤਾ ਕੀ ਹੁੰਦਾ ਕੀ ਕਿਹੜੇ ਕੰਮਾਂ 'ਚ ਪੈ ਗਏ ਕਿਹੜੇ ਪੁੱਠੇ ਕੰਮਾਂ 'ਚ ਪੈ ਗਏ ਹਨ ਕੁਝ ਨਹੀਂ ਪਤਾ ਹੁੰਦਾ ਸੀਗਾ ਕਿ ਅੱਗੇ ਜ਼ਿੰਦਗੀ ਬਣਨੀ ਹੈ ਕਿ ਨਹੀਂ ਬਣਨੀ ਹੈ ਨਾ ਹਰੇਕ ਬੰਦੇ ਦਾ ਇੱਦੇ ਹੁੰਦਾ ਹੈ ਕਿ ਜਦੋਂ ਬੰਦੇ ਨੂੰ ਪਿਆਰ ਮਿਲਣ ਲੱਪੇ ਲੋਕ ਪਸੰਦ ਕਰਨ ਲੱਪੇ ਜਾਂ ਕੋਈ ਘਰਦਿਆਂ ਨੂੰ ਵੀ ਕਹਿੰਦਾ ਰਿਸ਼ਤੇ ਦਾ ਰਾ ਕੇ ਕਹਿੰਦਾ ਕਿ ਤੁਹਾਡੇ ਮੁੰਡੇ ਦੀ ਵੀਡੀਓ ਦੇਖੀ ਹੈ ਨਾ ਕਿ ਇੱਥੇ ਤੁਹਾਡਾ ਮੁੰਡਾ ਐਦਾਂ ਵਾ ਕੀ ਕਿਸੇ ਸਟੇਟਸ ਵਾਇਪ ਸੀਗਾ ਤਾਂ ਕਰਕੇ ਘਰਦਿਆਂ ਨੂੰ ਖੁਸ਼ੀ ਹੁੰਦੀ ਆ ਠੀਕ ਹੈ ਇਸ ਕਰਕੇ ਵੀ ਘਰਦਿਆਂ ਫਿਰ ਸਪੋਰਟ ਕਰਨ ਲੱਪੰਦੇ ਆ ਕਿ ਹਾਂ ਮੁੰਡੇ ਨੂੰ ਪਿਆਰ ਮ ਇਸ ਕਰਕੇ ਅੱਛਾ ਇਹ ਵੀ ਕਹਿੰਦੇ ਸੀਗੇ ਕਿ 50000 ਦਾ ਵੀ ਕੇਕ ਕੱਟਿਆ ਸੀਗਾ ਪਰ ਉਹ ਉਦੋਂ ਨਹੀਂ ਸਪੋਰਟ ਕੀਤੀ ਉਹਨਾਂ ਨੇ ਕਿ ਉਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਕਿੰਨਾ ਫੇਮ ਹੈ ਤੁਸੀਂ ਲੋਕਾਂ ਤੋਂ ਕਿੰਨਾ ਪਿਆਰ ਲੈ ਰਹੇ ਹੋ 50000 ਦੀ ਉਹ ਆਪਣੇ ਆਪ ਚ ਖੁਸ਼ੀ ਸੀ ਖੁਸ਼ੀ ਸੀ ਕਿੰਨਾ ਮਤਲਬ ਹਲੇ ਇੰਨਾ ਨਹੀਂ ਫੇਮਸ ਹੋਣਾ ਸ਼ੁਰੂ ਹੋਇਆ ਸੀਗਾ ਤੇ ਜਦੋਂ ਮਤਲਬ 100 ਕੇ ਹੋ ਗਏ ਉਤੋਂ ਬਾਅਦ ਫੇ ਪਤਾ ਲੱਗਾ 50 ਕੇ ਦੇ ਮਤਲਬ ਆਪਣੇ ਪਿੰਡ ਵਾਲਿਆਂ ਨੂੰ ਪਤਾ ਸੀਗਾ ਥੋੜੇ ਬੋਤੇ ਮਤਲਬ ਅੰਡੀ ਗਵੰਡੀ ਕੋਈ ਆਲੇ ਦੁਆਲੇ ਦੇ ਪਿੰਡਾਂ ਨੂੰ ਪਤਾ ਸੀਗਾ ਤੇ ਬਾਹਰਲੇ ਨੂੰ ਪਤਾ ਤਾਂ ਕਰਕੇ ਜਦੋਂ 100 ਕੇ ਹੋਏ ਫਿਰ ਉਹਦੋਂ ਫੇ ਮਤਲਬ ਜ਼ਿਆਦਾ ਚ ਹੋਣ ਲੱਪਿਆ 50 ਕੇ ਤੇ ਬਹੁਤ ਘਟ ਜਾਣੇ ਜਾਂਦੇ ਸੀਗੇ ਅ ਘਰ ਤੱਕ ਕਿੰਨੇ ਲੋਕ ਆ ਚੁੱਕੇ ਨੇ ਹੁਣ ਵੀਡੀਓਜ਼ ਦੇਖ ਕੇ ਖੁਸ਼ ਹੋ ਕੇ ਜਿਦਾ ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਦਾ ਸਟ्रेस ਵੀ ਦੂਰ ਹੋਇਆ ਕਰ ਤੱਕ ਮਤਲਬ ਦਿੱਲੀ ਦੇ 2 ਤੋਂ 3 ਤੋਂ 4 5 ਮਤਲਬ ਆਂਦੇ ਰਹਿੰਦੇ ਕੋਈ ਨਾ ਕੋਈ ਕਦੋਂ ਕਿਤੋਂ ਫੋਨ ਆ ਗਿਆ ਭਾਜੀ ਆਪ ਮਿਲਣਾ ਆਪਾਂ ਇੱਥੇ ਕਰਨਾ ਨਾ ਤਾਂ ਕਰਕੇ ਮੈਂ ਕਹਿਦਾ ਨਾ ਕੋਈ ਗੱਲ ਨਹੀਂ ਆ ਜਾਓ ਤੇ ਪਰ ਜਿੱਦਨ ਮੇਰਾ ਐਕਸੀਡੈਂਟ ਹੋਇਆ ਸੀਗਾ ਉਦੋਂ ਘੱਟੋ ਘੱਟ 2 ਤੋਂ 300 ਜਣੇ ਆਏ ਸੀਗੇ ਮੇਰੇ ਘਰੇ ਜਦੋਂ ਮੈਂ ਹਸਪੀਟਲ ਤੋਂ ਵਾਪਸ ਘਰ ਆਇਆ ਨਾ ਉਸ ਦੇ ਮਤਲਬ 2 ਤੋਂ 300 ਜਣੇ ਸੀਗੇ ਅਸੀਂ ਘਰੇ ਆਪਣੇ ਅੱਛਾ ਡਾਕਟਰ ਸਾਹਿਬ ਹੈਟ ਲਾ ਕੇ ਰੱਖਦੇ ਨੇ ਇਹਦੇ ਪਿੱਛੇ ਕਾਰਨ ਕੀ ਆ ਇਹਦੇ ਪਿੱਛੇ ਬਹੁਤਾ ਵੱਡਾ ਕਾਰਨ ਵੀ ਨਹੀਂ ਹੈਗਾ ਕਹਿੰਦਾ ਮਤਲਬ ਨਾ ਸਾਡੇ ਤਾਇ ਦੇ ਮੁੰਡੇ ਟੋਪੀ ਸੀਗੀ ਛੋਟਾ ਵਾ ਮੇਰੇ ਤੋਂ ਬਹੁਤ ਜ਼ਿਆਦਾ ਛੋਟਾ ਵਾ ਉਹਦੀ ਟੋਪੀ ਲੈ ਕੇ ਮਤਲਬ ਉਹ ਕੋਲ ਖੜਾ ਸੀ ਮੈਂ ਕਿਹਾ ਚਲ ਮੈਂ ਦੇਦੇ ਦੀ ਵੀਡੀਓ ਮਾਣ ਵਾਸਤੇ ਟੋਪੀ ਲੈ ਕੇ ਵੀਡੀਓ ਬਣਾ ਲੀ ਤੇ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀਗੀ ਤੇ ਲੋਕ ਕਮੈਂਟ ਵੀ ਕਰਦੇ ਸੀਗੇ ਸੋਹਣੀ ਲੱਗਦੀ ਟੋਪੀ ਤੇਰੇ ਮਤਲਬ ਬਹੁਤ ਨਾਈਸ ਨਾਈਸ ਕਮੈਂਟ ਕਰਦੇ ਸੀਗੇ ਤੇ ਫਿਰ ਮ ਉਹਦੀ ਟੋਪੀ ਰੱਖ ਲਈ ਮੈਨੂੰ ਦਿੱਤੀ ਨੀ ਮੁੜ ਕੇ ਟੋਪੀ ਤੇ ਉਹ ਟੋਪੀ ਲੈ ਕੇ ਵੀਡੀਓ ਬਣਾਉਂਦਾ ਗਿਆ ਤੇ ਉਸ ਤੋਂ ਬਾਅਦ ਫਿਰ ਕੀ ਉਹ ਟੋਪੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਨਿੰਨ ਦੇਵੀ ਤੋਂ ਲਈ ਸੀ ਟੋਪੀ ਮੈਨੂੰ ਹੋਰ ਕਿਤੋਂ ਨਹੀਂ ਮਿਲੀ ਸੀਗੀ ਟੋਪੀ ਉਹ ਉਨਕੇ ਟੋਪੀ ਛੋਟੀ ਹੈ ਮੇਰਾ ਸਿਰ ਬਹੁਤ ਜ਼ਿਆਦਾ ਛੋਟਾ ਬਾ ਟੋਪੀ ਹੋਰ ਕਿਤੇ ਮਿਲਦੀ ਵੀ ਨਹੀਂ ਫਿਰ ਮੈਂ ਇੱਕ ਟੋਪੀ ਨਾਨਾ ਦੇਵੀ ਤੋਂ ਲੈਂਦੀ ਸੀ ਉਹਨੇ ਵੀ 3-4 ਮਹੀਨੇ ਕੱਢੇ ਹਨਾ ਫਿਰ ਉਹ ਵੀ ਖਰਾਬ ਹੋ ਗਈ ਸੀ ਕਿ ਫਿਰ ਮੇਰੀ ਇੱਕ ਦੀਦੀ ਆ ਲੁਧਿਆਣੇ ਤੋਂ ਠੀਕ ਹੈ ਤੇ ਉਹਨਾਂ ਨੂੰ ਫੋਨ ਕੀਤਾ ਮੈਂ ਕਿ ਮੈਨੂੰ ਲੁਧਿਆਣੇ ਤੋਂ ਟੋਪੀ ਕਿਸੇ ਵੀ ਤਰੀਕੇ ਨਾਲ ਮਤਲਬ ਇਹਨਾਂ ਭੇਜ ਦਿਓ ਹਾਂਜੀ ਤੇ ਉਹ ਇਹ ਉਹਨਾਂ ਨੇ ਮੈਨੂੰ ਟੋਪੀ ਲੈ ਕੇ ਦਿੱਤੀ ਸੀਗੀ ਉਹ ਦੋ ਤਿੰਨ ਟੋਪੀਆਂ ਲੈ ਕੇ ਦਿੱਤੀ ਸੀ ਉਹਨਾਂ ਵਿੱਚੋਂ ਇਹੀ ਟੋਪੀ ਆਈ ਕਿਉਂਕਿ ਉਹ ਛੋਟੀਆਂ ਉਹ ਜ਼ਿਆਦਾ ਛੋਟੀਆਂ ਸੀਗੀਆਂ ਉਹ ਆਈਆਂ ਨਹੀਂ ਬਸ ਇਹੀ ਟੋਪੀ ਆਂਦੀ ਹੁਣ ਇਹੀ ਟੋਪੀ ਹੈ ਮੇਰੇ ਕੋਲ ਵੀਡੀਓ ਟੋਪੀ ਵਾਲੀ ਵਾਇਰਲ ਹੋਈ ਤੇ ਫਿਰ ਅੱਗੇ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਟੋਪੀ ਮਿਲਦੀ ਨਹੀਂ ਸੀ ਸਿਰ ਛੋਟਾ ਸੀਗਾ ਤੇ ਫਿਰ ਇਹ ਨਹੀਂ ਸੋਚਿਆ ਵੀ ਯਾਰ ਇਹ ਤਾਂ ਪੰਗਾ ਹੀ ਪੈ ਗਿਆ ਨਹੀਂ ਲੱਗਦਾ ਸੀਗਾ ਇਦਾਂ ਪਰ ਜਿੰਨਾ ਟਾਈਮ ਉਹ ਟੋਪੀ ਨੇ ਸਾਥ ਦਈ ਗਿਆ ਮਤਲਬ ਜ਼ਿਆਦਾ ਗੰਦੀ ਵੀ ਹੋ ਗਈ ਸੀ ਕਿ ਮਤਲਬ ਸਾਈਡ ਤੋਂ ਫਾੜ ਵੀ ਗਈ ਸੀ ਛੱਡੀ ਨਹੀਂ ਮੇ ਟੋਪੀ ਉਹ ਮੇਰੇ ਹੁਣ ਵੀ ਘਰੇ ਅਲਮਾਰੀ ਵਿੱਚ ਸੰਭਾਲ ਕੇ ਰੱਖੀ ਹੈ ਟੋਪੀ ਉਹ ਪਰ ਪਾਈ ਕੇ ਮੈਂ ਜਿੱਦਾਂ ਚੱਲਦਾ ਚਲਾਈ ਜਨਾ ਜੀ ਜੇਦੀ ਸੀਗੀ ਉਹਨੇ ਮੰਗੀ ਨਹੀਂ ਨਹੀਂ ਮੰਗੀ ਨਹੀਂ ਉਹਨੇ ਮੈਂ ਸਮਝਾਤਾ ਸੀ ਮੈਂ ਕਿ ਜਿਆ ਨਹੀਂ ਦੇ ਨਹੀਂ ਸਕਦਾ ਸੀਗਾ ਉਹ ਨਿਆਣਾ ਸੀਗਾ ਉਹਨੂੰ ਕਿ ਹੁਣ ਮੈਨੂੰ ਪਤਾ ਸੀਗਾ ਅੱਛਾ ਨਾਮ ਡਾਕਟਰ ਤੇ ਸਿਰ ਤੇ ਹੈਟ ਮੈਚ ਨਹੀਂ ਕਰਦਾ ਮੈਚ ਤਾਂ ਕੁਝ ਵੀ ਨਹੀਂ ਕਰਦਾ ਮੇਰਾ ਜੀ ਨਹੀਂ ਲੋਕੀ ਕਹਿੰਦੇ ਡਾਕਟਰ ਆ ਪਰ ਲੱਗਦਾ ਮਰੀਜ਼ ਆ ਇਦਾਂ ਵੀ ਹੋ ਜਾਂਦੀ ਹੈ ਕਈ ਵੇਲੇ ਜੀ ਆਂਦੀ ਆਂਦੀ ਹਾਂ ਜੀ ਤੇ ਬਹੁਤ ਜਣਾਂ ਨੇ ਕਿਹਾ ਜੀ ਮਤਲਬ ਮੈਂ ਪੁੱਛਦੇ ਕਿ ਅੱਛਾ ਡਾਕਟਰ ਆ ਤੂੰ ਤੇ ਲੱਗਦਾ ਤਾਂ ਮਰੀਜ਼ ਆ ਪੇ ਬੁਰਾ ਨਹੀਂ ਲੱਗਦਾ ਮਦਰ ਨੇ ਵੀ ਦੱਸਿਆ ਕਿ ਹੱਸ ਮੁਖ ਸੁਭਾਅ ਦਿਓ ਕਦੀ ਵੀ ਕਿਸੇ ਗੱਲ ਦਾ ਬੁਰਾ ਨਹੀਂ ਮੰਨਿਆ ਨਹੀਂ ਬੁਰਾ ਮੰਨਣ ਦੀ ਲੋੜ ਨਹੀਂ ਮੈਂ ਤੁਹਾਨੂੰ ਉਹੀ ਦੱਸਿਆ ਪਹਿਲਾਂ ਕਿ ਆਪਣਾ ਹੀ ਕਹਿੰਦਾ ਹੁੰਦਾ ਮਤਲਬ ਜਿਹੜਾ ਪਿਆਰ ਨਾਲ ਹਾਂਜੀ ਅੱਛਾ ਪਲੱਸ 2 ਤੋਂ ਪਲੱਸ 2 ਤੁਸੀਂ ਕਰ ਲਈ ਹੈ ਹੈਨਾ ਤੇ ਅੱਗੇ ਪੜ੍ਹਾਈ ਕਰਨ ਬਾਰੇ ਨਹੀਂ ਸੋਚਿਆ ਹਾਂਜੀ ਸੋਚਿਆ ਅੱਗੇ ਪੜ੍ਹਾਈ ਕਰਨ ਦਾ ਪਿਛਲੇ ਸਾਲ ਕਰਨੀ ਸੀ ਕਿ ਐਡਮਿਸ਼ਨਾਂ ਬਾਰੇ ਪਤਾ ਨਹੀਂ ਲੱਗਿਆ ਇਦਾਂ ਮਤਲਬ ਗੱਲਾਂ ਗੱਲਾਂ ਚ ਰਹਿ ਗਏ ਹੁਣ ਇਸ ਸਾਲ ਆਪਾਂ ਐਡਮਿਸ਼ਨ ਕਰਾਉਂਗੇ ਜੀ अच्छा लॉकडाउन ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀਗੀ ਹੈਨਾ ਵੀਡੀਓਜ਼ ਬਣਾਉਣ ਦੀ ਤੇ ਲੋਕਡਾਊਨ ਦਾ ਪੂਰਾ ਪੂਰਾ ਫਾਇਦਾ ਚੱਕਿਆ ਹੈਨਾ ਹਾਂਜੀ ਹਾਂਜੀ ਲੋਕਡਾਊਨ ਦੇ ਵਿੱਚ ਕਹਿੰਦਾ ਮਤਲਬ ਆਪਾਂ ਫਾਇਦਾ ਆਪਾਂ ਨਹੀਂ ਚੱਕਿਆ ਕਿਉਂਕਿ ਮੈਂ ਨਾ ਟਿਕਟੋਕ ਤੇ ਸੀਗਾ ਲੋਕਡਾਊਨ ਟਾਈਮ ਟਿਕਟੋਕ ਸੀਗੀ ਪਰ ਟਿਕਟੋਕ ਤੇ ਮੈਂ ਵੀਡੀਓ ਬਹੁਤ ਜ਼ਿਆਦਾ ਪਾਈਆਂ 12-1300 ਵੀਡੀਓ ਪਾਤੀ ਸੀਗੀ ਪਰ ਉੱਤੇ ਕੋਈ ਫਾਇਦਾ ਨਹੀਂ ਹੋਇਆ ਕੋਈ ਨਹੀਂ ਵਾਇਰਲ ਹੋਈ ਵੀਡੀਓ ਅੱਛਾ ਤੇ ਜਦੋਂ ਟਿਕਟੋਕ ਬੰਦ ਹੋ ਗਈ ਮੈਨੂੰ ਨਾ ਉਦੋਂ ਕੋਈ ਦੁੱਖ ਹੋਇਆ ਪਰ ਜਦੋਂ ਮੈਂ ਇੰਸਟਾਗ੍ਰam ਤੇ ਵੀਡੀਓ ਪਾਣੀ ਸ਼ੁਰੂ ਕਰੀ ਉਹੀ ਵੀਡੀਓ ਟਿਕਟੋਕ ਵਾਲੀਆਂ ਚੱਕ ਕੇ ਇੰਸਟਾ हां जी जी उत तो ਵਧੀਆ ਰਿਸਪੌਂਸ ਮਿਲਿਆ ਤੇ ਫਿਰ ਮੈਂ ਆਪਣੀਆਂ ਬਣਾਉਣੀ ਸ਼ੁਰੂ ਕਰਤੀ ਵੀਡੀਓ ਤਾਂ ਇੱਥੇ ਤੱਕ ਪੁੱਜਿਆ ਜੀ ਹੁਣ ਅ ਅੱਗੇ ਕੀ ਪਲੈਨਿੰਗ ਆ ਅੱਗੇ ਦੀ ਪਲੈਨਿੰਗ ਇਹ ਹੈ ਕਿ ਹੁਣ ਆਪਣਾ ਵਧੀਆ ਚੱਲਦਾ ਤੇ ਆਪਾਂ ਨੂੰ ਬਾਬੀ ਦੀ ਕਿਰਪਾ ਨਾਲ ਫਿਲਮਾਂ 'ਚ ਕੰਮ ਵਧੀਆ ਮਿਲ ਜਵੇ ਤਾਂ ਸਭ ਤੋਂ ਵਧੀਆ ਗੱਲ ਆ ਜੀ ਕਿਤੇ ਨਾਲ ਕੰਮ ਕਰਨਾ ਚਾਹੁੰਦੇ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ ਮੈਂ ਜੀ ਗੀਪੀ ਗਰੇਵਾਲ ਭਾਜੀ ਨਾਲ ਅੱਛਾ ਇੱਕੋ ਹੀ ਰੀਜ਼ਨ ਕਿਉਂ ਗੀਪੀ ਗਰੇਵਾਲ ਨੂੰ ਨਹੀਂ ਮੈਨੂੰ ਬਹੁਤ ਵਧੀਆ ਲੱਗਦੇ ਆ ਜੀ ਉਹਨਾਂ ਦਾ ਕਿਉਂਕਿ ਮੈਂ ਹੋਰ ਵੀ ਦੇਖਦਾ ਸਾਰੇ ਵਧੀਆ ਲੱਗਦੇ ਪਰ ਜ਼ਿਆਦਾਤਰ ਮੈਂ ਜੋ ਨੋਟਿਸ ਹਾਂਜੀ ਹਾਂਜੀ ਤੇ ਜੇਕਰ ਉਹ ਤੁਹਾਡੀ ਵੀਡੀਓ ਦੇਖ ਰਹੇ ਹੋਣ ਮੈਂ ਚਾਹੁੰਨੀ ਆ ਕਿ ਜਰੂਰ ਤੁਹਾਨੂੰ ਅਪਰੋਚ ਕਰਨ ਤੇ ਜੇ ਮਿਲ ਗਿਆ ਮੌਕਾ ਤੇ ਫਿਰ ਖੁਸ਼ੀ ਦਾ ਟਿਕਾਣਾ ਕਿੱਥੇ ਹੋਊਗਾ ਫਿਰ ਇੰਟਰਵਿਊ ਲੈਣਾ ਜੇ ਫਿਰ ਨਾ ਦੱਦਵਾ ਕੇ ਜੀ ਹਾਂਜੀ 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 ਤੇ ਸਭ ਤੋਂ ਪਹਿਲੀ ਵੀਡੀਓ ਜਦੋਂ ਰਿਸਪੌਂਸ ਬਹੁਤ ਵਧੀਆ ਲੱਗਾ ਸੀ ਤੇ ਤੁਹਾਡੇ ਵੀ ਦਿਲ ਦੇ ਬਹੁਤ ਕਰੀਬ ਹੋਵੇ ਸਭ ਤੋਂ ਵੀਡੀਓ ਮੇ ਮਤਲਬ ਮੇਰੀ ਬੋਡੀ ਤੇ ਸੀਗੀ ਕੀ ਟਰੱਕ ਦੀ ਬੋਡੀ ਵਾਲੀ ਸੀਗੀ ਇਹਨੇ 4 ਪੈਸੇ ਇਕੱਠੇ ਹੋ ਗਏ ਤਾਂ ਸਭ ਤੋਂ ਪਹਿਲਾਂ ਤੂੰ ਬੋਡੀ ਲਵਾਈ। ਮੈਂ ਕਿਹਾ ਆ ਬੋਡੀ ਨਹੀਂ ਉਹ ਟਰੱਕ ਦੀ ਬੋਡੀ ਲਵਾ ਲਵਾਂ। ਇਹ ਵੀਡੀਓ ਸੀਗੀ ਮਤਲਬ ਬਹੁਤ ਜ਼ਿਆਦਾ ਪਿਆਰ ਮਿਲਿਆ ਇਸ ਵੀਡੀਓ ਤੋਂ ਮੇਰੀ ਪਛਾਣ ਵੀ ਇਸ ਵੀਡੀਓ ਤੋਂ ਬਣੀ ਸੀਗੀ। ਕੋਈ ਵੀ ਮਿਲਦਾ ਕਿ ਅੱਛਾ ਉਹ ਬੋਡੀ ਵਾਲਾ ਮੁੰਡਾ ਟਰੱਕ ਦੀ ਬੋਡੀ ਵਾਲਾ ਮੁੰਡਾ ਇਦਾਂ ਪਛਾਣਦੇ ਸਾਰੇ ਜੀ। ਅੱਛਾ ਬੋਡੀ ਹੈ ਹੀ ਬਹੁਤ ਜ਼ਿਆਦਾ ਹੈ। ਜਦੋਂ ਡੋਲੇ ਫਲਾਉਨੇ ਆ ਤਾਂ ਕੋਈ ਡਰਤਾ ਨਹੀਂ ਜਾਂਦਾ। ਨਹੀਂ ਡੋਲੇ ਕੱਢਦਾ ਹੀ ਨਹੀਂ ਮੈਂ ਬਾਹਰ ਨੂੰ ਜੀ। ਮਤਲਬ ਆਪਣੇ ਆਪਣੇ ਬੰਦੇ ਦਾ ਬਾਹਰ ਕੱਢਦਾ ਬਾਕੀ ਕੋਈ ਬਾਹਰਲਾ ਮਿਲੇ ਉਹਨਾਂ ਸਾਹਮਣੇ ਮੈਂ ਡੋਲੇ ਕੱਢਦਾ ਹੀ ਨਹੀਂ ਆਪਣੇ ਹੀ। ਇਸੇ ਲਗਾਣੇ ਪੈਂਦੇ ਡੋਲੇ ਅੱਛਾ ਕਿਸੇ ਨੇ ਉਹਦਾ ਪਰਸਨਲ ਕਦੀ ਕਮੈਂਟ ਕੀਤਾ ਹੋਵੇ ਬੋਡੀ ਨੂੰ ਲੈ ਕੇ ਜਾਂ ਰੰਗ ਨੂੰ ਲੈ ਕੇ ਜਦੋਂ ਤੁਸੀਂ ਆਪਣਾ ਆਪ ਹੀ ਮਜ਼ਾਕ ਉਡਾ ਲੈਂਦੇ ਹੋ ਹੋ ਜਾਂਦਾ ਕਈ ਵੇਲੇ ਹੋ ਜਾਂਦਾ ਕਿ ਯਾਰ ਬਸ ਕੀ ਠੀਕ ਹੈ ਤੂੰ ਖਾਇਆ ਖਾਲ ਪੀ ਲਿਆ ਕਰ ਯਾਰ ਜਿਆਦਾ ਜਿਆਦਾ ਹੀ ਕਮਜ਼ੋਰ ਆ ਕਹਿੰਦਾ ਮੈਂ ਤਾਂ ਕਈ ਗੱਲਾਂ ਲੈਂਦੇ ਹਾਂ ਤੂੰ ਯਾਰ ਵੀਡੀਓ ਚ ਵਧੀਆ ਠੀਕ ਹੁੰਦੀ ਹੈ ਤੇਰੀਆਂ ਪਰ ਤੂੰ ਜਿਆਦਾ ਕਮਜ਼ੋਰ ਹੈ ਇਹ ਕਮੈਂਟ ਕਰ ਦਿੰਦੇ ਕੋਈ ਖਾਇਆ ਪੀਆ ਕਰ ਪਰ ਮੈਨੂੰ ਲੱਗਦਾ ਇਹਨਾਂ ਨੂੰ ਮੈਂ ਕੀ ਕਰਾਂ ਜੀ ਅੱਛਾ ਡਾਕਟਰ ਸਾਹਿਬ ਘਰ ਚ ਕਿਹਦਾ ਰਾਜ ਆ ਕਰਚ ਜੀ ਮੇਰਾ ਤਾਂ ਰਾਜ ਹੈ ਨਹੀਂ ਤੁਹਾਨੂੰ ਐਵੇਂ ਕਹਾ ਮੇਰੀ ਭੈਣ ਦਾ ਹੀ ਰਾਜ ਆ ਯਾਰ ਇਹਦਾ ਅੱਛਾ ਫਿਰ ਜੇ ਕੋਈ ਕੇਮਦਾ ਕੋਸ਼ਿਸ਼ ਤੇ ਉਹਨੂੰ ਦਵਾਈ ਨਹੀਂ ਦਿੰਦੇ ਨਹੀਂ ਦਵਾਈ ਵੀ ਦੇਣੇ ਪੈ ਜਾਂਦੀ ਟੀਕੇ ਵੀ ਲਾਣੇ ਪੈ ਜਾਂਦੇਗੇ ਇਹ ਵੇਲੇ ਜੀ ਇਦਾਂ ਦੀ ਗੱਲ ਨਹੀਂ ਹੈਗੀ ਕਹਿੰਦਾ ਮਤਲਬ ਮੇਰੀ ਯਾਰ ਸੁਣੀ ਨਹੀਂ ਜਾਂਦੀ ਘਰ ਦੇ ਵਿੱਚ ਘਰ ਦੇ ਵਿੱਚ ਮੇਰੀ ਭੈਣ ਦੀ ਯਾਰ ਸੁਣੀ ਜਾਂਦੀ ਹੈ ਮੈਂ ਕਹਿ ਦਵਾ ਵੀ ਹੈ ਨਾ ਤੇ ਮੈਨੂੰ ਮਿਹਨਤਾਂ ਕਰਨੇ ਪੈਂਦੀਆਂ ਘਰ ਦੇ ਵਿੱਚ ਕੀ ਇਹ ਕੰਮ ਕਰਨਾ ਪੈਣਾ ਤਾਂ ਗਾ ਵੀ ਟੀਕੇ ਕਾਦੇ ਲੋਨੇ ਫਿਰ ਹਾਸੇ ਦੇ ਹਸਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਫਿਰ ਥੋੜਾ ਪਤਾ ਗੁੱਸਾ ਵੀ ਆ ਜਾਂਦਾ ਡਾਕਟਰ ਸਾਹਿਬ ਨੂੰ ਆ ਵੀ ਆ ਜਾਂਦਾ ਇਦਾਂ ਦੀ ਗੱਲ ਨਹੀਂ ਮੇਰੇ ਕੇ ਫੀਲ अच्छा ਤੁਸੀਂ ਬਹੁਤ ਸਾਰੇ ਜਨਰਸ ਤੇ ਵੀਡੀਓਜ਼ ਬਣਦੀਆਂ ਨੇ ਇਸ ਐਡ ਵੀ ਹੈਨਾ ਹਰ ਤਰੀਕੇ ਦੀ इमोशनल ਹਰ ਤਰੀਕੇ ਦੀ ਬਣਦੀ ਤੁਸੀਂ ਸਿਰਫ ਫਨ ਨੂੰ ਹੀ ਕਿਉਂ ਚੂਜ਼ ਕੀਤਾ ਨਹੀਂ ਸੈਡ ਬਣਾਉਣਾ ਮੈਂ ਪਰ ਪੋਸਟ ਨਹੀਂ ਕਰਦਾ ਇੰਸਟਾਗ੍ਰam ਤੇ ਉਹ ਕਦੇ ਸਟੋਰੀ ਪਾਤਾ ਜਾਂ ਸਟੇਟਸ ਪਾਤਾ ਤੇ ਵੈਸੇ ਕਿਉਂਕਿ ਕਮੇਡੀ ਜਾਰੇ ਪਸੰਦ ਕਰਦੇ ਆਪਾਂ ਜਿੱਦਾਂ ਦੇ ਆਪਾਂ ਲੋਕ ਜੁੜਿਓ ਆਪਣੇ ਨਾਲ ਉਸ ਚੀਜ਼ਾਂ ਦੀ ਚੀਜ਼ ਪਸੰਦ ਕਰਦੇ ਜਿਵੇਂ ਮੈਂ ਪਹਿਲਾਂ ਪਾਣੀਆਂ ਸ਼ੁਰੂ ਕੀਤੀਆਂ ਮਤਲਬ ਹਫਤੇ ਜਿੱ ਇੱਕ ਜਾਂ ਦੋ ਪਾਦਨ ਨੇ ਸੈਡ ਤੇ ਮਤਲਬ ਉਹਨਾਂ ਲਾਈਕ ਕਮੈਂਟ ਬਹੁਤ ਆਉਂਦੇ ਸੀਗੇ ਇਸ ਕਰਕੇ ਫਿਰ ਮੈਂ ਉਹ ਇੰਸਟਾਗ੍ਰam ਤੇ ਅਪਲੋਡ ਨਹੀਂ ਕਰਦਾ ਉਧਰ ਬਣਾ ਕੇ ਰ ਹੱਡੀਆਂ ਹੁੱਡੀਆਂ ਬਹੁਤ ਟੁੱਟੀਆਂ ਕਦੀ ਬਾਹ ਤੜਾਈ ਕਦੀ ਲੱਤ ਥੜਾਈ ਹੈ ਤੇ ਤੁਸੀਂ ਪੁੱਠੇ ਪੰਗੇ ਵੀ ਬਹੁਤ ਕਰਦੇ ਹੋ ਜੀ ਆਪਾਂ ਵੀਡੀਓ ਅਸੀਂ ਦੇਖਦੇ ਕਦੀ ਕਿਤੋਂ ਨਿਕਲ ਜਾਂਦੇ ਹੋ ਕਦੀ ਕਿਤੇ ਡਿੱਗ ਜਾਂਦੇ ਹੋ ਤੇ ਉਦੋਂ ਡਰ ਲੱਗਦਾ ਕਿ ਹੁਣ ਜਿਹੜੀ ਨਹੀਂ ਟੁੱਟੀਆਂ ਉਹ ਟੁੱਟ ਸਕਦੀਆਂ ਨੇ ਨਹੀਂ ਡਰ ਦਾ ਉਦੋਂ ਨਹੀਂ ਕੋਈ ਡਰ ਹੁੰਦਾ ਜੋ ਹੋ ਗਿਆ ਹੋ ਗਿਆ ਬਸ ਉਦੋਂ ਮੌਕੇ 'ਚ ਕੋਈ ਡਰ ਹੁੰਦਾ ਕਿ ਆਪਾਂ ਕਿੱਥੇ ਛਲਮਾਨੀ ਕਿੱਦਾਂ ਕੁਝ ਵੀ ਮਾਰਨਾ ਵੈਸੇ ਅਜੇ ਤੱਕ ਕਦੇ ਹੋਇਆ ਨਹੀਂ ਕਦੀ ਵੀਡੀਓ ਬਣਾਉਂਦੇ ਸੱਟ ਲੱਗੀ ਆਪਣੇ ਕਦੇ ਵੀ ਨਹੀਂ ਹੋਇਆ ਜੀ ਬਹੁਤ ਬਹੁਤ ਛੋਟੀ ਉਮਰ ਦਾ ਡਾਕਟਰ ਆ ਇਹ 18 ਸਾਲ ਉਮਰ ਹੈ ਤੁਹਾਡੀ ਤੇ ਬੜੀ ਜਲਦੀ ਡਾਕਟਰ ਬਣ ਗਿਆ ਉਹ ਅਚੰਭਾ ਨਹੀਂ ਹੁੰਦਾ ਕਦੀ ਕਦੀ ਬਹਿ ਜਲਦੀ ਬਣ ਗਿਆ ਡਾਕਟਰ ਲੋਕ ਪਛਾਣ ਵੀ ਲਾ ਪਛਾਣ ਵੀ ਲਾ ਪਏ ਹਾਂ ਇਹ ਵੀ ਕਮੈਂਟ ਆ ਦੇ ਕਿ ਲੋਕ ਇੰਨੀਆਂ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਕੇ ਹਨਾ ਆਪਣੇ ਨਾਂ ਦੇ ਅੱਗੇ ਡਾਕਟਰ ਲਵਾਉਂਦੇ ਆ ਤੋ ਬਿਨਾ ਪੜ੍ਹਾਈ ਕੀਤੇ ਆਪਣੇ ਡਾਕਟਰ ਦੇ ਵਿੱਚ ਨਾਲ ਨਾਂ ਦੇ ਵਿੱਚ ਡਾਕਟਰ ਲਾਈ ਫਿਰਦਾ ਹਨਾ ਹਾਂਜੀ ਤੇ ਵਧੀਆ ਲੱਗਦਾ ਜਦੋਂ ਲੋਕ سپورਟ ਕਰਦੇ ਨੇ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਕਿਉਂਕਿ ਲੋਕਾਂ ਦੀ سپورਟ ਨਾਲੇ ਅੱਗੇ ਵਧਦਾ ਕਿਉਂ ਹੌਸਲਾ ਮਿਲਦਾ ਲੋਕਾਂ ਦੀ سپورਟ ਦੇ ਨਾਲ ਹਨਾ ਆਪਾਂ ਉਹਨਾਂ ਦੀ سپورਟ ਨਾਲ ਅੱਗੇ ਵਧਦੇ ਆ ਹਾਂਜੀ ਹੁਣ ਅੱਗੇ ਕੀ ਪਲਾਨ ਆ ਕਿ ਹੁਣ ਕੀ ਜਾਉਨੇ ਹੋ ਕਿਉਂਕਿ ਫੇਮ ਵੀ ਹੈਗਾ ਨਾਮ ਵੀ ਹੈਗਾ ਸਭ ਕੁਝ ਹੈਗਾ ਆ ਅੱਗੇ ਕੀ ਅਗਲਾ ਸਟੈਪ ਕੀ ਆ ਅਗਲਾ ਸਟੈਪ 'ਤੇ ਹੀ ਆਪਾਂ ਹੋਰ ਅੱਗੇ ਜਾਵਾਂਗੇ ਕਿਉਂਕਿ ਮੈਂ ਹੁਣ ਐਕਟਿੰਗ ਪਾਸੇ ਤੇ ਕਰੀ ਜਾਂਦਾ ਹੁਣ ਆਪਣੇ ਗਾਣੇ ਵੀ ਕਰਨੇ ਆਪਣੇ ਮੇਰੇ ਦੋ ਗਾਣੇ ਤਿਆਰ ਹੋਏ ਪਏ ਇੱਕ ਗਾਣਾ ਮੈਂ ਪਹਿਲਾਂ ਕੀਤਾ ਸੀਗਾ ਅੱਛਾ ਗਾਉਨੇ ਹੋ ਗਾਤਾ ਮਤਲਬ ਬੇਸੁਰਾ ਹੀ ਲੈਣਾ ਪਰ ਚੱਲ ਜਾਂਦਾ ਜੋ ਵੀ ਹੈਗਾ ਜੀ ਅੱਛਾ ਫਨ ਫਨ ਵਿੱਚ ਗਾਉਂਗੇ ਹਾਂਜੀ ਨਹੀਂ ਫਨੀ ਵਿੱਚ ਫਨੀ ਵਿੱਚ ਤੇ ਜੇ ਆਪਾਂ ਥੋੜੀ ਜਿਹੀ ਗੁਜਾਰਿਸ਼ ਕਰੀਏ ਤੇ ਜ਼ਰੂਰ ਸੁਣਾਓ ਸਰ ਹਾਂਜੀ ਪੁਰਾਣਾ ਗਾਣਾ ਚੱਲ ਰਹਿੰਦਾ ਨਾ ਜਿਹੜਾ ਮੈਂ ਨਵਾਂ ਆ ਰਿਹਾ ਉਹ ਸੁਣਾ ਦਿੰਦਾ ਮੈਂ ਸਾਨੂੰ ਇੱਕ ਤਾਂ ਮੇਰੇ ਟੋਪੀਆਂ ਤੇ ਗਾਣਾ ਆ ਰਿਹਾ ਇੱਕ ਮੇਰੇ ਕਾਲੇ ਰੰਗ ਤੇ ਆ ਰਿਹਾ ਗਾਣਾ ਹਾਂਜੀ ਜੋ ਕਾਲੇ ਰੰਗ ਦੇ ਗਾਣਾ ਇਦਾਂ ਸੀਗਾ ਕਹਿੰਦਾ ਜਦੋਂ ਮਿੱਟੀ ਨਾਲ ਖੇਡਦੇ ਸੀ ਛੋਟੇ ਹੁੰਦੇ ਉਦੋਂ ਪੈਂਦੀਆਂ ਸੀ ਗਾਲਾਂ ਬੇਬੇ ਆਖਦੀ ਹੁੰਦੀ ਸੀ ਪੁੱਤਾ ਹੁਣ ਤਾਂ ਤੂੰ ਨਾਲਾ ਤਿੰਨਾਂ ਕੁੜੀਆਂ ਦੇ ਵਿੱਚੋਂ ਸੋਹਣੀ ਲੱਗਦੀ ਸੀ ਗਬਲੀ ਕਹਿੰਦੀ ਫੇਸ ਹੀ ਉੱਤੇ ਲਾਇਆ ਕਰ ਫਰਨੈਂਡ ਲਵਲੀ ਤੁਹਾਨੂੰ ਲੱਗਦਾ ਪਾਗਲ ਪਰ ਬੰਦੇ ਨੀਵਾ ਸਿੱਖਦਾ ਦੇਖਣੇ ਨੂੰ ਛੋਟਾ ਛੋਟਾ ਭੀਮ ਨੀਵਾ ਦੇਖਦਾ ਦਵਾਈ ਤੋਂ ਕਰੀਮ ਲੈ ਕੇ ਆਇਆ ਮੇਰਾ ਤਾਇਆ ਫੇਸ ਕਰਦਾ 글로 ਫੇਸ਼ੀਅਲ ਸੀ ਕਰਾਇਆ ਜੇ ਆਇਆ ਨਹੀਂ ਪਸੰਦ ਡਿਸਲਾਈਕ ਮੈਨੂੰ ਕਰਦੀ ਅੱਜ ਕੱਲ ਕੋਈ ਕੁੜੀ ਕਾਲੇ ਰੰਗ ਤੇ ਨਹੀਂ ਮਰਦੀ ਤੇ ਫਿਰ ਲਵਲੀ ਕਦੀ ਲਾ ਕੇ ਗਏ ਉਹ ਵਾਰ ਕਿਵੇਂ ਜਿਆਦਾ ਗੋਰਾ ਜਿਆਦਾ ਫੇਰਨ ਲਵਲੀ ਤਾਂ ਬਹੁਤ ਜਿਆਦਾ ਲਾਈ ਫੇਰਨ ਲਵਲੀ ਇੱਕ ਦਿਨ ਵੀ ਮੁੱਕ ਜਵੇ ਨਾ ਰਹਿ ਨਹੀਂ ਹੁੰਦਾ ਸੀਗਾ ਛੋਟੇ ਹੁੰਦੇ ਨੇ ਬਹੁਤ ਲਾਈ 10 ਰੁਪਏ ਦੀ ਫੇਰਨ ਲਵਲੀ ਆਂਦੀ ਹੁੰਦੀ ਸੀਗੀ ਸਾਡੀ ਮੰਮੀ ਵਾਲੀ ਚੇਜ਼ ਫੇਰਨ ਲਵਲੀ ਉਹ ਚੋਰੀ ਚੱਕ ਚੱਕ ਉਹ ਲਾਈ ਆ ਜੀ ਮੰਮੀ ਨੂੰ ਜਦੋਂ ਮੁੱਕ ਜਾਂਦੀ ਸੀਗੀ ਤੇ ਮੰਮੀ ਨੂੰ ਪਤਾ ਨਹੀਂ ਲੱਗਦਾ ਸੀ ਕੌਣ ਲਾਂਦਾ ਨਹੀਂ ਮੰਮੀ ਨੂੰ ਪਤਾ ਸੀ ਮੇਰਾ ਮੁੰਡਾ ਹੀ ਲਾਂਦਾ ਮੰਮੀ ਹੋ ਲਿਆ ਕੇ ਰੱਖ ਦਿੰਦੀ ਮੰਮੀ ਨੂੰ ਹੁੰਦਾ ਕਿ ਮੇਰਾ ਮੁੰਡਾ ਗੋਰਾ ਹੋ ਜਾਵੇ ਜੀ ਫਰਕ ਪਿਆ ਵੀ ਫੇਰਨ ਲਵਲੀ ਨਾਲ ਕੋਈ ਫਰਕ ਨਹੀਂ ਵਰਕ ਪਿਆ ਬਸ ਕਿਆ ਤਾਂ ਕਰਨਾ ਚਾਹਨਾ ਫੇਰਨ ਲ ਬਹੁਤ ਵਧੀਆ ਲੱਗਾ ਗੱਲਬਾਤ ਕੀਤੀ ਤੁਸੀਂ ਤੇ ਬਹੁਤ ਬਹੁਤ ਸ਼ੁਕਰੀਆ ਟਾਈਮ ਦਿੱਤਾ ਸਾਨੂੰ ਥੈਂਕ ਯੂ ਸੋ ਮੱਚ ਮੈਂ ਤੁਹਾਡਾ ਸ਼ੁਕਰੀਆ ਕਰਦਾ ਕਿ ਤੁਸੀਂ ਸਾਡਾ ਟਾਈਮ ਲਿਆ ਜੀ ਸਰ ਜੀ ਐਸੀ ਸਾਡੇ ਨਾਲ ਡਾਕਟਰ ਪ੍ਰਭ ਤੁਸੀਂ ਇੰਸਟਾਗ੍ਰam ਤੇ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਬਹੁਤ ਖੁਸ਼ ਹੁੰਦੇ ਹੋਵੋਗੇ ਦਿਲ ਖੁਸ਼ ਹੁੰਦਾ ਹੋਊਗਾ ਇਹਨਾਂ ਦੀਆਂ ਵੀਡੀਓਜ਼ ਦੇਖ ਕੇ ਉਮੀਦ ਕਰਦੀਆਂ ਕਿ ਇਸ ਇੰਟਰਵਿਊ ਨੇ ਵੀ ਤੁਹਾਨੂੰ ਖੁਸ਼ ਕੀਤਾ ਹੋਊਗਾ ਦਿਲ ਤੁਹਾਡਾ ਜਿਹੜਾ ਹੈ ਉਹ ਰਾਜ਼ੀ ਹੋ ਗਿਆ ਹੋਊਗਾ ਇਹ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਸਾਡਾ ਚੈਨਲ ਮੈਨੂੰ ਦਿਓ ਇਜਾਜ਼ਤ ਸਾਸਰੀਆ ਕਾ